ਤੁਸੀਂ ਦੇਖ ਰਹੇ ਹੋ ਜਪਨਾਫਤੂ ਇੰਟਰਨੈਸ਼ਨਲ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਨੂੰ ਸੱਚੀ ਕਾਲ ਸलाम ਨਮਸਕਾਰ ਚਲਦੇ ਅੱਜ ਦੀ ਆਪਣੀਆਂ ਖਾਸ ਖਾਸ ਨਿਊਜ਼ ਦੇ ਉੱਤੇ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਕੀਤੀ ਜਾਵੇਗੀ ਪੈਨਸ਼ਨ ਦੇ ਬਾਰੇ ਕੀਤੀ ਜਾਵੇਗੀ ਕਿਉਂਕਿ ਬਹੁਤ ਜ਼ਿਆਦਾ ਇਸ ਬਾਰੇ ਸਵਾਲ ਸਨ ਇਸ ਦੇ ਉੱਤੇ ਆਏ ਸਨ ਤੇ ਇਚੇ ਤਨੂ ਹੀ ਦੱਸ ਦਈਏਗੇ ਜਿੱਦਾਂ ਕਿ ਤੁਸੀਂ ਇਟਲੀ ਦੇ ਵਿੱਚ ਜੇ ਤੁਸੀਂ ਕੰਮ ਕਰਦੇ ਹੋ ਤੇ ਜਿਹੜੀ ਪੂਰੀ ਪੈਨਸ਼ਨ ਹੁੰਦੀ ਹੈ ਉਹਦੇ ਵਾਸਤੇ ਜਿਹੜੀ 42 ਸਾਲ ਦੀ ਕੰਟਰੀਬਿਊਟੀ ਹੋਣੀ ਜ਼ਰੂਰੀ ਹੈ ਜੇ ਆਪਾਂ ਗੱਲ ਕਰੀਏ ਪੂਰੀ ਪੈਨਸ਼ਨ ਇਟਲੀ ਦੇ ਵਿੱਚ ਕਿੰਨੀ ਹੁੰਦੀ ਹੈ ਤੇ ਇਸ ਹਿਸਾਬ ਦੇ ਨਾਲ ਤਕਰੀਬਨ 13300 ਯੂਰੋ ਜਿਹੜੀ ਇੱਕ ਐਵਰੇਜ ਪੈਨਸ਼ਨ ਬਣਦੀ ਹੈ ਇੱਕ ਸਾਲ ਦੀ ਅਗਰ ਆਪਾਂ ਇਸ ਨੂੰ ਮੰਥਲੀ ਦੇਖੀਏ ਤਾਂ ਤਕਰੀਬਨ 1100 ਯੂਰੋ ਦੀ ਜਿਹੜੀ ਪੈਨਸ਼ਨ ਬੈਠਦੀ ਹੈ ਇਹ 1100 ਯੂਰੋ ਦੀ ਜਿਹੜੀ ਪੈਨਸ਼ਨ ਹੈ ਜੀ ਇੱਕ ਆਪਾਂ ਆਮ ਜਿਹੜਾ ਨਾਰਮਲ ਬੰਦਾ ਹੈ ਉਸ ਦੇ ਵਾਸਤੇ ਆਪਾਂ ਗੱਲ ਕਰ ਰਹੇ ਆਂ ਤਿਆਗਰ ਉਸ ਦੀ ਜਿਹੜੀ ਕੌਂਟਰੀਬਿਊਟਿ ਪੂਰੀ ਗਈ ਹੋਵੇ 42 ਸਾਲ ਦੀ ਹੁਣ ਸਾਡੇ ਬਹੁਤੇ ਵੀਰਾਂ ਦੇ ਕਮੈਂਟ ਆਏ ਹਨ ਕਿ ਉਹਨਾਂ ਨੇ ਜਿਹੜੀ ਸਰਵਿਸ ਇਟਲੀ ਦੇ ਵਿੱਚ ਕੀਤੀ ਹੈ तकरीबन 20 ਸਾਲ ਜਿਹੜੀ ਸਰਵਿਸ ਇਟਲੀ ਦੇ ਵਿੱਚ ਕੀਤੀ ਹੈ ਤਾਂ ਉਹਨਾਂ ਦੀ ਜਿਹੜੀ ਪੈਨਸ਼ਨ ਕਿੰਨੀ ਕੁ ਲੱਗ ਸਕਦੀ ਹੈ ਤਾਂ 20 ਸਾਲ ਦੇ ਹਿਸਾਬ ਦੇ ਨਾਲ ਆਪਾਂ ਦੇਖੀਏ ਤਾਂ 20 ਸਾਲ ਬਹੁਤ ਜ਼ਿਆਦਾ ਘੱਟ ਹੁੰਦੀ ਹਨ ਤੇ ਅਗਰ ਤੁਸੀਂ ਇੰਨਾ ਟਾਈਮ ਕੰਮ ਕਰਕੇ 20 ਜਾਂ 25 ਸਾਲ ਕੰਮ ਕਰਦੇ ਹੋ ਤਾਂ ਜਦੋਂ ਪੈਨਸ਼ਨ ਦਾ ਟਾਈਮ ਆਏਗਾ ਤਾਂ ਉਸ ਟਾਈਮ ਦੇ ਵਿੱਚ ਪਹੁੰਚ ਕੇ ਪੈਨਸ਼ਨ ਤਾਂ ਜ਼ਰੂਰ ਲੱਗੇਗੀ ਪਰantu ਜਿਹੜੀ ਪੈਨਸ਼ਨ ਆਪਾਂ ਜਿਆਦਾ ਹੈ ਇਸੇ ਬਾਰੇ ਆਸ ਨਹੀਂ ਕਰ ਸਕਦੇ 500 600 ਯੂਰੋ ਇੱਥੇ ਤੱਕ ਜਿਹੜੀ ਪੈਨਸ਼ਨ ਹੈ ਜੀ ਇੱਕ ਆਈਡੀਆ ਹੈ ਬਾਕੀ ਥੋੜੀ ਬਹੁਤੇ ਪਲੱਸ ਮਾਈਨਸ ਵੀ ਹੋ ਸਕਦੀ ਹੈ ਬਾਕੀ ਇਹਦੇ ਨਾਲ ਹੀ ਇੱਕ ਤੁਹਾਨੂੰ ਹੋਰ ਸਵਾਲਾਂ ਦੇ ਜਿਹੜੇ ਸਾਨੂੰ ਜਵਾਬ ਬਹੁਤ ਪੁੱਛੇ ਜਾ ਰਹੇ ਹਨ ਕਿ ਜੇ ਕੋਈ ਬੰਦਾ ਇਟਲੀ ਦੇ ਵਿੱਚ ਪੈਨਸ਼ਨ ਦੇ ਕਰੀਬ ਪਹੁੰਚ ਚੁੱਕਾ ਹੈ ਜਾਂ ਉਹ ਪੈਨਸ਼ਨ ਲੈਣੀ ਸ਼ੁਰੂ ਕਰ ਚੁੱਕਾ ਹੈ ਤੇ ਕੀ ਉਹ ਬੰਦਾ ਇੰਡੀਆ ਦੇ ਵਿੱਚ ਜਾ ਕੇ ਵੀ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ ਇਟਾਲੀਨ ਪੈਨਸ਼ਨ ਤੇ ਇਹਦੇ ਵਾਸਤੇ ਆਪਾਂ ਇੱਕ ਬਹੁਤ ਹੀ ਸਿੰਪਲ ਜੀ ਗੱਲ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਆਪ ਸੋਚ ਕੇ ਦੇਖੋ ਕਿ ਜੇ ਕੋਈ ਬੰਦਾ ਇੰਡੀਆ ਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਸੀ ਜਿਹੜਾ ਕਿ ਇੰਡੀਆ ਦੇ ਵਿੱਚ ਸਰਕਾਰੀ ਪੈਨਸ਼ਨ ਲੈ ਰਿਆ ਸੀ ਤੇ ਉਹ ਬੰਦਾ ਜਦੋਂ ਉੱਥੋਂ ਰਿਟਾਇਰ ਇੰਡੀਆ ਦੇ ਵਿੱਚੋਂ ਹੁੰਦਾ ਹੈ ਤੇ ਕਈ ਵਾਰ ਉਹ ਕੀ ਹੁੰਦਾ ਹੈ ਕਿ ਅਮਰੀਕਾ, ਕੈਨੇਡਾ ਜਾਂ ਇਟਲੀ ਜਾਂ ਯੂਰਪ ਦੇ ਹੋਰ ਨਾ ਦੇਸ਼ਾਂ ਦੇ ਵਿੱਚੋਂ ਆਦਮੀ ਆ ਜਾਂਦਾ ਹੈ ਤੇ ਇੱਥੇ ਆ ਕੇ ਜਿਹੜੀ ਉਸ ਦੀ ਪਿੱਛੋਂ ਪੈਨਸ਼ਨ ਹੈ ਜੀ ਪੈਨਸ਼ਨ ਚੱਲਦੀ ਰਹਿੰਦੀ ਹੈ ਤੇ ਜਿਹੜਾ ਲਾਈਫ ਸਰਟੀਫਿਕੇਟ ਹੁੰਦਾ ਹੈ ਉਹ ਬੰਦੇ ਨੂੰ ਹਰ ਵਾਰ ਭੇਜਣਾ ਪੈਂਦਾ ਹੈ ਤੇ ਜਿਹੜਾ ਫਾਰਮੂਲਾ ਹੈ ਜੀ ਸਾਰੇ ਦੇਸ਼ਾਂ ਦੇ ਵਿੱਚ ਤਕਰੀਬਨ ਇੱਕੋ ਜਿਹਾ ਹੀ ਚੱਲਦਾ ਹੈ ਬਾਕੀ ਹੁਣ ਸਪੋਜ਼ ਕਰੋ ਕਿ ਕੋਈ ਬੰਦਾ ਜਿਹੜਾ ਆਪਣਾ ਲਾਈਫ ਸਰਟੀਫਿਕੇਟ ਵੀ ਇੱਥੋਂ ਬੈਠਾ ਬੈਠਾ ਭੇਜਦਾ ਹੈ ਦੂਸਰੇ ਦੇਸ਼ ਦੇ ਵਿੱਚ ਤੇ ਫਿਰ ਚੱਕਰ ਇਹ ਪੈਂਦਾ ਕਿ ਉਹ ਪੈਸੇ ਆਪਣੇ ਕਿਵੇਂ ਕਢਵਾ ਸਕਦਾ ਮੰਨ ਲਓ ਇਟਲੀ ਦੀ ਜਿਹੜੀ ਪੈਨਸ਼ਨ ਹੈ ਜੀ ਇਟਲੀ ਦੇ ਕਿਸੇ ਅਕਾਊਂਟ ਦੇ ਵਿੱਚ ਆ ਰਹੀ ਹੈ ਤੇ ਉਹ ਬੰਦਾ ਇੰਡੀਆ ਦੇ ਵਿੱਚ ਬੈਠਾ ਹੋਇਆ ਤੇ ਪੈਸੇ ਹੁਣ ਕਿਵੇਂ ਕਢਵਾਏਗਾ ਇਹਦੇ ਵਾਸਤੇ ਉਹ ਕੀ ਕਰੇਗਾ ਕਿ ਜਿਹੜਾ ਉਸ ਦਾ ਬੈਂਕ ਅਕਾਊਂਟ ਹੋਏਗਾ ਜਿਹੜਾ ਉਸ ਦਾ ਤੈਸਰਾ ਹੋਏਗਾ ਡੈਬਿਟ ਕਾਰਡ ਉਸ ਨੂੰ ਇੰਟਰਨੈਸ਼ਨਲ ਕਰਵਾ ਲਵੇਗਾ ਇਸ ਦੇ ਨਾਲ ਕੀ ਹੋਏਗਾ ਕਿ ਉਹ ਆਦਮੀ ਜਿਹੜਾ ਹੈ ਇੰਡੀਆ ਦੇ ਵਿੱਚ ਬੈਠਾ ਬੈਠਾ ਪੈਸੇ ਕੁੜਵਾ ਸਕਦਾ ਹੈ ਜਲਦੀ ਜੀ ਆਪਣੀ ਅਗਲੀ ਖਬਰ ਉਤੇ ਅਗਲੀ ਖਬਰ ਜਿਹੜੀ ਆਪਣੀ ਮੈਡੀਕੈਨ ਦੇ ਨਾਲ ਸੰਬੰਧਤ ਹੈ ਇਹ ਜਿਹੜਾ ਤੂਫਾਨ ਹੈ ਜੀ ਜਿਹੜਾ ਸਮੁੰਦਰ ਦੇ ਵਿੱਚ ਤੂਫਾਨ ਉੱਠਿਆ ਸੀ ਬਹੁਤ ਹੀ ਖਤਰਨਾਕ ਤੂਫਾਨ ਹੈ ਤੇ ਇਟਲੀ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਇਥੋਂ ਸਿਵਲ ਪ੍ਰੋਟੈਕਸ਼ਨ ਹੈ ਜੀ ਇਸ ਨੇ ਜਿਹੜਾ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ 3 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਕਿ ਕਤਾਨੀਆਂ ਦੇ ਵਿੱਚ ਸਿਚੁਏਸ਼ਨ ਬਣੀ ਸੀ ਤੇ ਉੱਥੇ ਪਹਿਲਾਂ ਅਗਾਹ ਕੀਤਾ ਗਿਆ ਸੀ ਕਿ ਜਿਹੜਾ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਤੇ ਹੁਣ ਤਾਨੂੰ ਫਿਰ ਗੱਲ ਕਰ ਰਹੇ ਹਾਂ ਕਿ ਜਿਹੜਾ ਰੈਡ ਅਲਰਟ ਜਾਰੀ ਹੋ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਹਵਾਵਾਂ ਹਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਉੱਤੇ ਚੱਲ ਸਕਦੀਆਂ ਹਨ ਬਹੁਤ ਜ਼ਿਆਦਾ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਤੇ ਸਮੁੰਦਰ ਜਿਹੜਾ ਹੈ ਜੀ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਵਿਵਾਰ ਕਰ ਸਕਦਾ ਹੈ ਮਤਲਬ ਲਹਿਰਾਂ ਇੰਨੀਆਂ ਉੱਚੀਆਂ ਉੱਠ ਸਕਦੀਆਂ ਹਨ ਕਿ ਬਹੁਤ ਹੀ ਜ਼ਿਆਦਾ ਖਤਰਨਾਕ ਬਾਕੀ ਡਿਪਾਰਟਮੈਂਟ ਦੇ ਵਿੱਚੋਂ ਇਹ ਵੀ ਨਿਕਲ ਕੇ ਗੱਲ ਸਾਹਮਣੇ ਇਹ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਇਹ ਅਸੀਂ ਆਸ ਕਰਦੇ ਹਾਂ ਕਹਿੰਦੇ ਹਨ ਕਿ ਜਿਹੜਾ ਇਹ ਤੂਫਾਨ ਹੈ ਸਮੁੰਦਰ ਦੇ ਵਿੱਚ ਹੀ ਖਤਮ ਹੋ ਜਾਵੇਗਾ। ਇਹ ਜਿਹੜਾ ਤੂਫਾਨ ਹੈ ਜੀ ਆਇਨੀਅਨ ਸਾਗਰ ਦੇ ਵਾਲੇ ਪਾਸਿਓਂ ਆਵੇਗਾ। ਬਾਕੀ ਜਿਹੜਾ ਇਸ ਤੂਫਾਨ ਦਾ ਅਸਰ ਹੋਵੇਗਾ ਮਾਲਟਾ ਵਾਲੇ ਪਾਸੇ ਵੀ ਹੋਵੇਗਾ ਤੇ ਅੱਜ ਪੂਰੀ ਸੰਭਾਵਨਾ ਹੈ ਕਿ ਇਟਲੀਆ ਦੇ ਨਾਲ ਵੀ ਜਿਹੜਾ ਇਸ ਦਾ ਟਕਰਾ ਹੋ ਸਕਦਾ ਹੈ। ਤੇ ਇਸ ਤੋਂ ਇਲਾਵਾ ਕਟਾਨੀਆ ਸਾਇਰਾ ਕੋਜ਼ ਦੇ ਤੇ ਰਾਗੂਸਾ। ਹੁਣ ਚੱਲਦੇ ਹਾਂ ਜੀ ਆਪਣੀ ਅਗਲੀ ਖ਼ਬਰ ਤੇ ਜਿਹੜੀ ਸਰਕਾਰ ਇਟਾਲੀਅਨ ਸਰਕਾਰ ਹੈ ਜੀ ਇਸਨੇ ਹਰੀ ਝੰਡੀ ਦੇ ਦਿੱਤੀ ਹੈ ਜਿਹੜਾ ਬਜਟ ਲਾ ਹੈ। ਜਿਹੜਾ ਕੀਤਾ 2 ਬਿਲੀਅਨ ਯੂਰੋ ਦਾ ਹੋਵੇਗਾ ਮਤਲਬ 30 ਅਰਬ ਯੂਰੋ ਦਾ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਦਰਾਗੀ ਸਰਕਾਰ ਦਾ ਤਕਰੀਬਨ ਪਹਿਲਾ ਬਜਟ ਹੈ ਜਿਹਦੇ ਵਿੱਚ ਕੀ ਜਿਹੜਾ ਪੈਨਸ਼ਨ ਨੋਡ ਹੈ ਜੀ ਇਹ ਕੋਟਾ 102 ਜਿਸ ਨੂੰ ਕੀ ਫਿਕਸ ਕਰ ਦਿੱਤਾ ਗਿਆ ਹੈ ਬਾਕੀ ਰਾਇਤੋ ਦੀ ਚੀਤਾ ਦਾਸ ਹੈ ਜੀ ਇਸ ਨੂੰ ਵੀ ਕਨਫਰਮ ਕਰ ਦਿੱਤਾ ਗਿਆ ਹੈ ਬਾਕੀ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਟੈਕਸ ਹੋਣਗੇ ਉਹਨਾਂ ਵਿੱਚ ਕੁਝ ਕਟੌਤੀ ਕੀਤੀ ਜਾਵੇਗੀ ਜਣੀ ਜਿਹੜੇ ਇਟਲੀ ਦੇ ਵਿੱਚ ਵਰਕਰਾਂ ਨੂੰ ਉਹਦੇ ਵਾਸਤੇ ਕੁਝ ਚੰਗੀ ਜਿਹੀ ਖਬਰ ਆ ਸਕਦੀ ਹੈ ਆਈਪੀਆਰਈਐਫ ਜਿਹੜਾ ਹੈ ਜਿਹਦੇ ਵਿੱਚ ਕੁਝ ਕਟੌਤੀ ਹੋ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਸੁਪਰ ਬੋਨਸ ਹੈ ਜੀ ਇਸ ਨੂੰ ਵੀ ਕਨਫਰਮ ਕੀਤਾ ਗਿਆ ਹੈ ਬਾਕੀ ਜਿਹੜੇ ਜਵਾਨ ਲੋਕ ਇਟਲੀ ਦੇ ਵਿੱਚ ਹਨ ਜਿਹੜੀ ਯੰਗ ਜਨਰੇਸ਼ਨ ਹੈ ਜੀ ਇਹਨਾਂ ਦੇ ਵਾਸਤੇ ਵੀ ਜਿਹੜਾ ਬਜਟ ਦੇ ਵਿੱਚ ਚੰਗਾ ਕੰਮ ਕੀਤਾ ਗਿਆ ਹੈ ਇਹਨਾਂ ਦੇ ਵਾਸਤੇ ਵੀ ਜਿਹੜਾ ਇੱਕ ਬੋਨਸ ਆ ਰਿਹਾ ਹੈ ਜਿਸ ਨੂੰ ਰੈਂਟਲ ਬੋਨਸ ਕਹਿੰਦੇ ਹਨ ਅਫੀਤੋ ਬੋਨਸ ਜਿਹੜਾ ਕਿ ਜਦੋਂ ਇੱਕ ਕਿਰਾਏ ਦੇ ਵਾਸਤੇ ਜੇ ਕੋਈ ਜਵਾਨ ਬੰਦਾ ਜਿਹੜਾ ਹੈ ਜੀ ਆਪਣਾ ਮਕਾਨ ਕਿਰਾਏ ਦੇ ਉੱਪਰ ਲੈਂਦਾ ਹੈ ਮਤਲਬ ਕਿਰਾਏ ਵਾਸਤੇ ਤਾਂ ਉਸ ਨੂੰ ਜਿਹੜਾ ਹੈ ਜੀ ਇੱਕ ਤਰ੍ਹਾਂ ਦਾ ਸਰਕਾਰ ਵੱਲੋਂ ਸਹਾਇਤਾ ਮਿਲੇਗੀ 30 ਤੋਂ ਇਲਾਵਾ ਜਿਹੜਾ ਕਲਚਰ ਬੋਨਸ ਹੈ ਜੀ ਉਸ ਨੂੰ ਵੀ ਰਿਵਾਈਜ਼ ਕੀਤਾ ਜਾ ਰਿਹਾ ਹੈ ਰਿਨਿਊ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਜਿਹੜਾ ਹਿੱਸਾ ਨਿਚੋੜ ਹੀ ਨਿਕਲਦਾ ਹੈ ਕਿਤੇ ਵੀ ਜਿਹੜੇ ਟੈਕਸ ਵਗੈਰਾ ਹੋਣਗੇ ਉਹਨਾਂ ਦੀ ਵਿੱਚ ਕਟੌਤੀ ਕੀਤੀ ਜਾਵੇਗੀ ਜਿਹੜੇ ਬਿੱਲ ਵਗੈਰਾ ਹੋਣਗੇ ਉਹਨਾਂ ਦੇ ਵਿੱਚ ਵੀ ਕਮੀ ਆਉਣ ਦੀ ਕੋਸ਼ਿਸ਼ ਹੋਵੇਗੀ ਸਰਕਾਰ ਇਸ ਦੇ ਬਾਰੇ ਕੁਝ ਨਾ ਕੁਝ ਕਰੇਗੀ ਤੇ ਜਿਹੜੇ ਬੋਨਸ ਹੋਣਗੇ ਇਹ ਲੋਕਾਂ ਨੂੰ ਜ਼ਿਆਦਾ ਦਿੱਤੇ ਜਾਣਗੇ ਬਾਕੀ ਹੁਣ ਆਪਾਂ ਗੱਲ ਅਗਰਿੱਟਲੀ ਦੀ ਸਿਚੁਏਸ਼ਨ ਦੀ ਕਰੀਏ ਤਾਂ ਜਿਹੜਾ ਨਵਾਂ ਯੂਰੋਪੀਅਨ ਯੂਨੀਅਨ ਦਾ ਮਾਪ ਹੈ ਜ ਉਹਦੇ ਵਿੱਚ ਵੀ ਜਿਹੜੀਆਂ ਇਨਫੈਕਸ਼ਨ ਹਨ ਬਦਲ ਲੱਗ ਪਈਆਂ ਹਨ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਫਲਾਈਟਾਂ ਦੇ ਉੱਤੇ ਵੀ ਬੰਦਸ਼ਾ ਲੱਗ ਸਕਦੀਆਂ ਹਨ ਬਾਕੀ ਜੀ ਆਪਾਂ ਸਪੈਸ਼ਲੀ ਤੌਰ ਤੇ ਗੱਲ ਕਰੀਏ ਇਟਲੀ ਦੀ ਤੇ ਇਟਲੀ ਦੇ ਵਿੱਚ ਜਿਹੜਾ ਮੌਤਾਂ ਦੀ ਗਿਣਤੀ 50 ਤੇ ਪਹੁੰਚ ਚੁੱਕੀ ਹੈ ਤੇ ਜਿਹੜੇ ਕੇਸ ਹਨ ਬਹੁਤ ਜ਼ਿਆਦਾ ਕੇਸ ਆਏ ਹਨ ਆਪਣੇ 4889 ਕੇਸ ਆਇਆ ਹੈ ਹਾਂਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੇ ਆਪਣੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਦੇ ਉੱਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਚੈੱਕ ਕਰ ਲਓ ਕਿ ਸਬਸਕ੍ਰਾਈਬ ਕੀਤਾ ਹੋਇਆ ਜਾਂ ਨਹੀਂ ਕੀਤਾ ਤੋ ਚੱਲਦੇ ਹਾਂ ਆਪਣੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਜਿਹੜੀ ਹੈ ਆਪਣੀ ਜਿੱਦਾਂ ਕਿ ਤੁਸੀਂ ਨਾਮ ਸੁਣਿਆ ਹੋਵੇਗਾ ਈਮਾ ਈਮਾ ਦਾ ਮਤਲਬ ਹੁੰਦਾ ਹੈ ਕਿ ਯੂਰੋਪੀਅਨ ਮੈਡੀਕਲ ਏਜੰਸੀ ਜਿਹੜੀ ਕਿ ਪੂਰੇ ਯੂਰਪ ਨੂੰ ਦੇਖਦੀ ਹੈ ਜਦੋਂ ਕੋਈ ਵੀ ਨਵੀਂ ਕੋਈ ਮੈਡੀਸਿਨ ਜਾਂ ਕੋਈ ਵੀ ਇਹੋ ਜਿਹਾ ਕੰਮ ਹੋਣਾ ਹੋਵੇ ਪੂਰੇ ਯੂਰਪ ਦੇ ਵਿੱਚ ਤਾਂ ਈਮਾ ਦੇ ਕੋਲੋਂ ਜਿਹੜੀ ਮਨਜ਼ੂਰੀ ਲੈਣੀ ਪੈਂਦੀ ਹੈ ਹੁਣ ਈਮਾ ਦੇ ਅਧੀਨ ਜਿਹੜੇ ਬਹੁਤ ਸਾਰੇ ਦੇਸ਼ ਹੁੰਦੇ ਹਨ ਜਿੱਦਾਂ ਕਿ 27-28 ਦੇਸ਼ ਯੂਰਪੀਅਨ ਯੂਨੀਅਨ ਦੇ ਇਹ ਸਾਰੇ ਯੂਰਪੀਅਨ ਯੂਨੀਅਨ ਦੇ ਅਧੀਨ ਆਉਂਦੇ ਹਨ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਆਪੋ ਆਪਣੇ ਦੇਸ਼ਾਂ ਦੇ ਹਿਸਾਬ ਦੇ ਨਾਲ ਜਿੱਦਾਂ ਕਿ ਇਟਲੀ ਦੇ ਵਿੱਚ ਇੱਕ ਏਜੰਸੀ ਹੈ ਆਈਫਾ ਇਹ ਜਿਹੜੀ ਹੈ ਜੀ ਅਪਰੂਵਲ ਦਿੰਦੀ ਹੈ ਇਟਲੀ ਦੇ ਵਾਸਤੇ ਅਗਰ ਆਈਫਾ ਕਿਸੇ ਚੀਜ਼ ਨੂੰ ਰეკਮੈਂਡ ਕਰ ਦਿੱਤਾ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਇਟਲੀ ਦੇ ਵਿੱਚ ਉਹ ਚੀਜ਼ ਜਿਹੜੀ ਵੈਲਿਡ ਹੈ ਹੁਣ ਆਈਫਾ ਨੇ ਜਿਹੜੀ ਹੈ ਜੀ ਗ੍ਰੀਨ ਲਾਈਟ ਦੇ ਦਿੰਦੀ ਹੈ ਮਦਰਨਾ ਵੈਕਸੀਨ ਨੂੰ ਜਿਹੜੀ ਇਸ ਦੀ ਬੂਸਟਰ ਡੋਜ਼ ਹੋਏਗੀ ਮਦਰਨਾ ਦੀ ਜਿਹੜੀ ਕਿ 18 ਸਾਲ ਤੋਂ ਉੱਪਰ ਵਾਲੇ ਲੋਕਾਂ ਦੇ ਵਾਸਤੇ ਹੋਵੇਗੀ ਹੁਣ ਇਹਦੇ ਵਿੱਚ ਜੇ ਕੋਈ ਸਵਾਲ ਬੰਦਾ ਪੁੱਛਦਾ ਹੈ ਕਿ ਜਿਹੜੀਆਂ ਉਸਨੇ ਪਹਿਲਾਂ ਜਿਹੜੀਆਂ ਵੈਕਸੀਨ ਲਗਵਾਈਆਂ ਹੋਈਆਂ ਹਨ ਫਾਈਦਰ ਦੀਆਂ ਵੈਕਸੀਨ ਲੱਗ ਚੁੱਕੀਆਂ ਹਨ ਉਸ ਬੰਦੇ ਤੇ ਤੇ ਹੁਣ ਉਸ ਜਿਹੜੀ ਕਿਹੜੀ ਵੈਕਸੀਨ ਲੱਗੇਗੀ ਇੱਥੇ ਤੁਹਾਨੂੰ ਇਹ ਦੱਸ ਦੇ ਕਿ ਜਿਹੜੀ ਹੁਣ ਵੈਕਸੀਨ ਲੱਗੇਗੀ ਉਹ ਮੋਦਰਨਾ ਦੀ ਵੈਕਸੀਨ ਜਿਹੜੀ ਕਿ ਬੂਸਟਰ ਹੋਏਗੀ ਉਹ ਲੱਗੇਗੀ ਤੇ ਬਾਕੀ ਇਹਦੇ ਵਿੱਚ ਇੱਕ ਹੀ ਹੈ ਜੀ ਘੱਟੋ ਘੱਟ ਜਿਹੜਾ ਸੈਕੰਡ ਡੋਜ਼ ਤੁਹਾਡੇ ਲੱਗੀ ਹੈ ਉਸ ਤੋਂ ਤੁਸੀਂ 6 ਮਹੀਨੇ ਦੇ ਬਾਅਦ ਦੀ ਕੈਲਕੂਲੇਸ਼ਨ ਕਰ ਸਕਦੇ ਹੋ ਬਾਕੀ ਹੁਣ ਤੁਹਾਨੂੰ ਇੱਕ ਬੜੀ ਹੀ ਸਪੈਸ਼ਲ ਖਬਰ ਦੱਸਣੀ ਆ ਜੇ ਕੋਈ ਹੋਰ ਦੇਸ਼ ਹੁੰਦਾ ਤਾਂ ਸ਼ਾਇਦ ਜਿਹੜੀ ਇਹ ਘਟਨਾ ਨਾ ਹੁੰਦੀ ਪਰੰਤੂ ਇਟਲੀ ਦੇ ਵਿੱਚ ਇਹ ਘਟਨਾ ਹੋਈ ਹੈ ਇਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਗਰੀਵਾਲਦੀ ਸਟੇਸ਼ਨ ਜਿਹੜਾ ਹੈ ਕਿ ਮਿਲਾਨ ਦੇ ਵਿੱਚ ਪੈਂਦਾ ਮਿਲਾਨ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਦੋ ਵੱਡੇ ਸਟੇਸ਼ਨ ਪੈਂਦੇ ਹਨ ਇੱਕ ਚੈਂਟਰਾਲੇ ਸਟੇਸ਼ਨ ਹੈ ਤੇ ਦੂਸਰਾ ਹੈ ਗਰੀਵਾਲਦੀ ਗਰੀਵਾਲਦੀ ਉਹ ਸਟੇਸ਼ਨ ਹੈ ਜਿੱਥੋਂ ਜ਼ਿਆਦਾਤਰ ਫਰਾਂਸ ਵਗੈਰਾ ਨੂੰ ਜਿਹੜੀਆਂ ਟ੍ਰੇਨਾਂ ਚੱਲਦੀਆਂ TGV ਜਾਂ ਕਿ ਹੋਰ ਜਿਹੜੀਆਂ ਟ੍ਰੇਨਾਂ ਇਹੋ ਜੀਆਂ ਇਸ ਗਰੀਵਾਲਦੀ ਸਟੇਸ਼ਨ ਦੇ ਉੱਤੇ ਜਿਹੜੀ ਤ੍ਰੇ ਨੋਰਥ ਚੱਲਦੀ ਹੈ ਤ੍ਰੇ ਨੋਰਥ ਦੇ ਜਿੱਦਾਂ ਕਿ ਇੱਕ ਜਿਹੜੀ ਮਿਲਾਨ ਤੋਂ ਆਸ-ਪਾਸੇ ਜਿਹੜੇ ਛੋਟੇ ਸ਼ਹਿਰ ਹਨ ਮਿਲਾਨ ਦੇ ਆਸ-ਪਾਸੇ ਉਹਨਾਂ ਸ਼ਹਿਰਾਂ ਦੇ ਨਾਲ ਮਿਲਾਨ ਨੂੰ ਜੋੜਨ ਵਾਸਤੇ ਇੱਕ ਲਾਈਨ ਚੱਲਦੀ ਹੈ ਇਸ ਨੂੰ ਤ੍ਰੈਨੋਦ ਕਹਿੰਦੇ ਹਨ ਇਹਦੇ ਵਿੱਚ ਕੀ ਹੋਇਆ ਕਿ ਡਰਾਈਵਰ ਜਿਹੜਾ ਸੀ ਇਸ ਟ੍ਰੇਨ ਦਾ ਡਰਾਈਵਰ ਜਦੋਂ ਇਸ ਨੂੰ ਚੈੱਕ ਕੀਤਾ ਜਾਂਦਾ ਹੈ ਐਪਲੀਕੇਸ਼ਨ ਦੇ ਨਾਲ ਤੇ ਜਿਹੜਾ ਉਸਦੇ ਕੋਲ ਗ੍ਰੀਨ ਪਾਸ ਪਾਇਆ ਗਿਆ ਸੀ ਉਹ ਇਨਵੈਲਿਡ ਸੀ ਇਨਵੈਲਿਡ ਦਾ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਕਿ ਜਿਹੜਾ ਉਹ ਬਿਲਕੁਲ ਗਲਤ ਬਣਾਇਆ ਹੋਇਆ ਸੀ ਜੋ ਬੋਗਸ ਸੀ ਮਤਲਬ ਇਹ ਦੱਸਿਆ ਜਾ ਰਿਹਾ ਕਿ ਉਹ ਜਿਹੜਾ ਗ੍ਰੀਨ ਪਾਸ ਸੀ ਉਹ ਐਕਸਪਾਇਰ ਹੋ ਚੁੱਕਾ ਸੀ ਹੋ ਸਕਦਾ ਹੈ ਕਿ ਜਿਹੜਾ ਉਸ ਨੇ ਉਹ ਜਿਹੜਾ ਫਾਰਮੇਸੀ ਦੇ ਵਿੱਚੋਂ ਬਣਵਾਇਆ ਹੋਵੇ 48 ਘੰਟੇ ਦੀ ਉਸਦੀ ਵੈਲਿਡਿਟੀ ਹੋ ਸਕਦੀ ਸੀ ਤੇ 48 ਘੰਟੇ ਹੋਣ ਤੋਂ ਬਾਅਦ ਵੀ ਡਰਾਈਵਰ ਨੇ ਸੋਚਿਆ ਕਿ ਕੌਣ ਉਸ ਨੂੰ ਚੈੱਕ ਕਰੇਗਾ ਤੇ ਉਸ ਨੇ ਉਹ ਜਿਹੜਾ ਗ੍ਰੀਨ ਪਾਸ ਸੀ ਆਪਣੀ ਜੇਬ ਦੇ ਵਿੱਚ ਰੱਖ ਲਿਆ ਪਰੰਤੂ ਜਦੋਂ ਚੈੱਕ ਕੀਤਾ ਗਿਆ ਤਾਂ ਜਿਹੜਾ ਗ੍ਰੀਨ ਪਾਸ ਐਕਸਪਾਇਰਡ ਪਾਇਆ ਗਿਆ ਤੇ ਜਿਹੜੀ ਹੁਣ ਘਟਨਾ ਦੇ ਵਿੱਚ ਟਵਿਸਟ ਇਹੀ ਆਉਂਦਾ ਹੈ ਕਿ ਇਸ ਤੋਂ ਬਾਅਦ ਕੀ ਹੋਇਆ ਹੋਵੇਗਾ ਇਸ ਤੋਂ ਬਾਅਦ ਇਸ ਤਰ੍ਹਾਂ ਹੋਇਆ ਕਿ ਜਦੋਂ ਡਰਾਈਵਰ ਦਾ ਗ੍ਰੀਨ ਪਾਸ ਜਿਹੜਾ ਸੀ ਜੀ ਐਕਸਪਾਇਰ ਹੋ ਚੁੱਕਾ ਸੀ ਤਾਂ ਉਸ ਤੋਂ ਬਾਅਦ ਡਰਾਈਵਰ ਨੂੰ ਕੀ ਕੀ ਹੈ ਗਿਆ ਕਿ ਉਹ ਹੁਣ ਘਰ ਜਾ ਸਕਦਾ ਹੈ ਉਸ ਨੂੰ ਆਪਣੇ ਘਰ ਭੇਜ ਦਿੱਤਾ ਗਿਆ ਤੇ ਉਸ ਡਰਾਈਵਰ ਨੇ ਕਿਹਾ ਕਿ ਉਸ ਨੇ ਜਿਹੜਾ ਟ੍ਰੇਨ ਦੇ ਉੱਤੇ ਜਾਣਾ ਹੈ ਜੇ ਉਹ ਟ੍ਰੇਨ ਨੂੰ ਨਹੀਂ ਚਲਾਏਗਾ ਤਾਂ ਟ੍ਰੇਨ ਚੱਲੇਗੀ ਕਿਵੇਂ ਪਰੰਤੂ ਜਿਹੜਾ ਡਰਾਈਵਰ ਨੂੰ ਘਰ ਹੀ ਭੇਜ ਦਿੱਤਾ ਗਿਆ ਤੇ ਜਿਹੜੀ ਟ੍ਰੇਨ ਸੀ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਬਾਕੀ ਇਟਲੀ ਦੇ ਵਿੱਚ ਜਿਹੜਾ ਆਈਸੀਯੂ ਦੇ ਵਿੱਚ ਭਰਤੀ ਹਨ ਜੀ ਦੁਆਰਾ ਸ਼ੁਰੂ ਹੋ ਚੁੱਕੀ ਹੈ ਜਿਹੜੇ ਕੇਸ ਵਧਣੇ ਸ਼ੁਰੂ ਹੋ ਚੁੱਕੇ ਹਨ ਤੇ ਹਸਪੀਟਲਾਂ ਵਿੱਚ ਵੀ ਜਿਹੜਾ ਦੁਬਾਰਾ ਰਸ਼ ਪੈਣਾ ਸ਼ੁਰੂ ਹੋ ਚੁੱਕਾ ਹੈ ਇਹ ਇੱਕ ਖਤਰੇ ਦਾ ਸਿਗਨਲ ਆਪਾਂ ਇਸ ਨੂੰ ਕਹਿ ਸਕਦੇ ਹਾਂ ਬਾਕੀ ਹੁਣ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਜੀ ਕਿ ਐਮਬੈਸੀ ਦੇ ਨਾਲ ਕੰਟੈਕਟ ਕੀਤਾ ਸੀ ਤੇ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਤੁਸੀਂ ਐਮਬੈਸੀ ਦੇ ਵਿੱਚ ਜਾ ਕੇ ਜਿਹਨਾਂ ਲੋਕਾਂ ਨੇ ਸਿਰਫ ਲਾਈਫ ਸਰਟੀਫਿਕੇਟ ਹੀ ਬਣਾਉਣਾ ਹੈ ਉਹ ਲੋਕ ਜਾ ਕੇ ਉੱਥੇ ਸਰਟੀਫਿਕੇਟ ਆਪਣੇ ਵਾਸਤੇ ਅਪਲਾਈ ਕਰ ਸਕਦੇ ਹਨ ਉਹਨਾਂ ਲੋਕਾਂ ਦੇ ਵਾਸਤੇ ਜਿਹੜੀ ਅਪਾਇੰਟਮੈਂਟ ਦੀ ਲੋੜ ਨਹੀਂ ਪਵੇਗੀ ਫਿਰ ਵੀ ਤੁਸੀਂ ਇੱਕ ਵਾਰ ਫੋਨ ਜ਼ਰੂਰ ਕਰ ਲਈਓ ਤਾਂ ਕਿ ਜਿਹੜਾ ਤੁਸੀਂ ਵੀ ਸ਼ੂਰ ਹੋ ਸਕੋ ਬਾਕੀ ਇੰਡੀਆ ਹੁਣ ਤੁਹਾਨੂੰ ਇਸ ਟਾਈਮ ਜਾਣਾ ਚਾਹੀਦਾ ਹੈ ਜੇ ਨਹੀਂ ਜਾਣਾ ਚਾਹੀਦਾ ਤੇ ਇਸ ਦੇ ਬਾਰੇ ਪੂਰੀ ਜਾਣਕਾਰੀ ਕੱਢ ਕੇ ਤੁਹਾਨੂੰ ਅਸੀਂ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਇਦੇ ਵਿੱਚ ਕੋਈ ਵੀ ਆਈਡੀਆ ਨਹੀਂ ਲਗਾਇਆ ਜਾਵੇਗਾ ਪੂਰੀ ਜਾਣਕਾਰੀ ਲੈ ਕੇ ਦੱਸਾਂਗੇ ਕਿ ਇਸ ਟਾਈਮ ਜਾਣਾ ਇੰਡੀਆ ਦੇ ਵਿੱਚ ਸਹੀ ਰਹੇਗਾ ਜਾਂ ਨਹੀਂ ਸਹੀ ਰਹੇਗਾ ਕਿਉਂਕਿ ਜਿਸ ਤਰ੍ਹਾਂ ਕਿ ਪਹਿਲਾਂ ਵੀ ਆਪਾਂ ਦੇਖਿਆ ਹੈ ਕਿ ਕਾਫੀ ਫਲਾਈਟਾਂ ਵਗੈਰਾ ਰੋਕਣ ਦੀ وجہ ਦੇ ਨਾਲ ਵੀਰਾਂ ਨੂੰ ਬਹੁਤ ਪ੍ਰੋਬਲਮ ਹੋਈ ਸੀ ਬਾਕੀ ਤੁਸੀਂ ਇੱਥੇ ਤੱਕ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨੈਕਸਟ ਵੀਡੀਓ ਲੈ ਕੇ ਫੇਰ ਮਿਲਦੇ ਹਾਂ ਜੀ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ